ਸਤਿ ਸ਼੍ਰੀ ਅਕਾਲ ਜੀ, ਨਿਰਪੱਖ ਪੋਸਟ ਵੇਖ ਰਹੇ ਤੁਸੀਂ, ਮੈਂ ਨੀਰਜ ਕੁਮਾਰ ਤੇ ਲੈ ਕੇ ਹਾਜ਼ਰ ਹਾਂ ਹੁਣ ਤੱਕ ਦੀ ਸਭ ਤੋਂ ਵੱਡੀ ਅਪਡੇਟ। ਅਪਡੇਟ ਜੋ ਹੈ ਉਹ ਪੰਜਾਬ ਦੇ ਜੋ ਨਵੇਂ ਸੀਐਮ ਨੇ ਚਰਨਜੀਤ ਸਿੰਘ ਚੰਨੀ, ਉਹਨਾਂ ਦੇ ਨਾਲ ਸੰਬੰਧੀ, ਜਿੱਥੇ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨਾਂ ਉਹ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਹਨ ਅਤੇ ਇੱਕ ਤੋਂ ਬਾਅਦ ਇੱਕ ਫੈਸਲੇ ਜੋ ਨੇ ਉਹਨਾਂ ਦੇ ਵੱਲੋਂ ਲਏ ਜਾ ਰਹੇ ਨੇ। ਅਤੇ ਬੀਤੇ ਦਿਨ ਤੁਹਾਨੂੰ ਦੱਸ ਦਈਏ ਕਿ ਜਦੋਂ ਉਹਨਾਂ ਨੇ ਪ੍ਰਾਈਵੇਟ ਜੈੱਟ ਦੇ ਵਿੱਚ ਦਿੱਲੀ ਦੇ ਲਈ ਉਡਾਣ ਭਰੀ ਹਾਈਕਮਾਂਡ ਦੇ ਨਾਲ ਮੁਲਾਕਾਤ ਲਈ, ਤਾਂ ਉਸ ਤੋਂ ਬਾਅਦ ਜੋ ਹੈ ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਆ ਕੇ ਤਮਾਮ ਜੋ ਹੈ ਉਹਨਾਂ ਦੇ ਉੱਤੇ ਤੰਜ ਕਸੇ ਗਏ, ਚਾਹੇ ਅਕਾਲੀ ਦਲ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ। ਉਹਨਾਂ ਨੇ ਚਾਰਟਰਡ ਪਲੇਨ ਨੂੰ ਲੈ ਕੇ ਕਈ ਤਰੀਕੇ ਦੇ ਸਵਾਲ ਖੜੇ ਕੀਤੇ, ਪਰੰਤੂ ਹੁਣ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ, ਤੁਹਾਨੂੰ ਦੱਸ ਦਈਏ ਕਿ ਅੱਜ ਜੋ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਨੇ, ਉਹ ਸਵੇਰੇ ਹੀ ਤੁਹਾਨੂੰ ਦੱਸ ਦਈਏ ਕਿ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ। ਉਹਨਾਂ ਦੇ ਨਾਲ ਪੰਜਾਬ ਕਾਂਗਰਸ ਦੇ ਜੋ ਪ੍ਰਧਾਨ ਨੇ ਨਵਜੋਤ ਸਿੰਘ ਸਿੱਧੂ, ਇਸ ਤੋਂ ਇਲਾਵਾ ਜੋ ਡਿਪਟੀ ਸੀਐਮ ਨੇ ਓਪੀ ਸੋਨੀ, ਇਸ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਵੀ ਜੋ ਕਾਂਗਰਸੀ ਆਗੂ ਸੀ ਉਹਨਾਂ ਦੇ ਨਾਲ ਮੌਜੂਦ ਸੀ। ਇਸ ਮੌਕੇ ਉਹਨਾਂ ਦੇ ਵੱਲੋਂ ਜੋ ਹੈ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ, ਅਤੇ ਉਸ ਤੋਂ ਬਾਅਦ ਜਦੋਂ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਤਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੂਬੇ ਦੇ ਵਿੱਚ ਅਮਨ ਸ਼ਾਂਤੀ ਨੂੰ ਬਹਾਲ ਰੱਖਣਾ ਹੀ ਮੁੱਢਲਾ ਕੰਮ ਹੈ। ਉਹਨਾਂ ਨੇ ਕਿਹਾ ਕਿ ਆਪਸੀ ਮੇਲਜੋਲ ਅਤੇ ਪਿਆਰ ਨੂੰ ਹੋਰ ਵਧਾਇਆ ਜਾਵੇਗਾ, ਹਰ ਇੱਕ ਧਰਮ ਅਤੇ ਹਰ ਇੱਕ ਵਰਗ ਦਾ ਪੂਰਾ ਸਤਿਕਾਰ ਹੋਵੇਗਾ। ਇਸ ਦੇ ਨਾਲ ਹੀ ਗੁਰੂ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਥ ਨੂੰ ਜੋ ਇਨਸਾਫ ਮਿਲਣਾ ਚਾਹੀਦਾ ਹੈ ਉਹ ਵੀ ਦੁਆਇਆ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਝੰਡੇ ਬੂੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਜੈਕਾਰ ਸਦਾ ਗਜਤ ਰਹੇ, ਪੰਥ ਸਦਾ ਬੜਤ ਰਹੇ, ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਅੱਜ ਅਸੀਂ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਪਹੁੰਚੇ ਹਾਂ। ਮੈਂ ਇੱਕੋ ਗੱਲ ਕਹਾਂਗਾ ਕਿ ਰਾਜ ਧਰਮ ਦੇ ਅਨੁਸਾਰ ਚੱਲੇਗਾ। ਧਰਮ ਦੇ ਵਿੱਚ ਰਹਿ ਕੇ ਰਾਜ ਨੂੰ ਚਲਾਇਆ ਜਾਏਗਾ। ਹਰ ਧਰਮ ਦਾ ਸੂਬੇ ਦੇ ਵਿੱਚ ਸਤਿਕਾਰ ਹੋਏਗਾ, ਹਰ ਵਰਨ ਦਾ ਸੂਬੇ ਦੇ ਵਿੱਚ ਸਤਿਕਾਰ ਹੋਏਗਾ। ਆਪਸੀ ਪਿਆਰ ਮੇਲ ਮਿਲਾਪ ਸੂਬੇ ਦੇ ਵਿੱਚ ਵਧਾਇਆ ਜਾਏਗਾ, ਬਰਕਰਾਰ ਰਹੇਗਾ ਅਤੇ ਧਰਮ ਦੀ ਜੈ ਜੈਕਾਰ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਸਰਾ, ਗੁਰੂ ਸਾਹਿਬ ਦੀ ਬੇਅਦਬੀ, ਉਸ ਦੀ ਜੋ ਇਨਸਾਫ ਪੰਥ ਨੂੰ ਚਾਹੀਦਾ, ਗੁਰੂ ਨੂੰ ਮਿਲਣਾ ਚਾਹੀਦਾ, ਉਹ ਇਨਸਾਫ ਦਵਾਇਆ ਜਾਏਗਾ। ਬਹੁਤ ਬਹੁਤ ਧੰਨਵਾਦ। ਮੈਂ ਉੱਥੇ ਹੀ ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਹਿਲਾਂ ਜੋ ਰਾਜਨੀਤੀ ਸੀ ਉਹ ਮੁੱਦਿਆਂ ਤੋਂ ਭਟਕ ਗਈ ਸੀ, ਪਰੰਤੂ ਹੁਣ ਜੋ ਨਵੇਂ ਸੀਐਮ ਚੰਨੀ ਨੇ ਉਹ ਹੁਣ ਦੁਆਰ ਤੋਂ ਰਾਜਨੀਤੀ ਨੂੰ ਮੁੱਦਿਆਂ ਦੇ ਉੱਤੇ ਲੈ ਕੇ ਆ ਰਹੇ ਨੇ, ਅਤੇ ਜੋ ਪੰਜਾਬ ਦੇ ਵੱਖ ਵੱਖ ਮੁੱਦੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦੇ ਲਈ ਪਹਿਲ ਜੋ ਹੈ ਉਹ ਕੀਤੀ ਜਾਵੇਗੀ। ਧਰਮ ਸਥਲੀ 'ਤੇ ਖੜੋ ਕੇ ਗੁਰੂ ਨੂੰ ਨਮਨ ਕਰਦੇ ਹੋਏ ਮੈਂ ਧੰਨਵਾਦ ਕਰਨਾ ਚਾਹੁੰਦਾ ਉਸ ਵਾਹਿਗੁਰੂ ਦਾ ਕਿ ਰਾਜਨੀਤੀ, ਕਹਿੰਦੇ ਰਾਜ ਬਿਨਾ ਨਹੀਂ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਇਹ ਗੁਰੂ ਦੀ ਕਿਰਪਾ ਹੈ ਕਿ ਰਾਜਨੀਤੀ ਮੁੱਦਿਆਂ ਤੋਂ ਭਟਕੀ, ਸਾਡੇ ਚੀਫ ਮਿਨਿਸਟਰ ਨੇ ਮੁੱਦਿਆਂ 'ਤੇ ਘੜੀਸ ਕੇ ਵਾਪਸ ਲਿਆਂਦੀ ਹੈ। ਲੋਕ ਮਸਲਿਆਂ ਦਾ ਜੇ ਅਸੀਂ ਹੱਲ ਨਹੀਂ ਕਰ ਸਕਦੇ ਤਾਂ ਫਿਰ ਸੱਚੇ ਸਿੱਖ ਨਹੀਂ, ਕਿਉਂਕਿ ਧਰਮ ਭੁੱਖਿਆਂ ਨੂੰ ਰਜਾਉਣਾ, ਰੋਂਦਿਆਂ ਨੂੰ ਹਸਾਉਣਾ, ਉੱਜੜਿਆਂ ਨੂੰ ਵਸਾਉਣਾ, ਔਰ ਸਮਾਜ ਔਰ ਪੰਜਾਬ ਦੀ ਰਾਹ ਦੇ ਉੱਤੇ ਹਰ ਰੋੜੇ ਨੂੰ ਹਟਾਉਣਾ, ਇਹੀ ਧਰਮ ਹੈ। ਔਰ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਜੋ ਮੈਂ ਇਹ ਪਿਛਲੇ 2 ਦਿਨਾਂ ਦੇ ਵਿੱਚ ਇਸ ਨਿਮਾਣੇ ਔਰ ਮਤ ਉੱਚੀ ਵਾਲੇ ਚੀਫ ਮਿਨਿਸਟਰ ਨਾਲ ਮਹਿਸੂਸ ਕੀਤਾ, ਮੈਂ ਪਿਛਲੇ 17 ਸਾਲ ਦੀ ਰਾਜਨੀਤੀ ਦੇ ਵਿੱਚ ਕਦੇ ਮਹਿਸੂਸ ਨਹੀਂ ਕੀਤਾ, ਕਿਉਂਕਿ ਮਹਿਸੂਸ ਹੀ ਹੁਣ ਹੋਇਆ ਕਿ ਕਾਂਗਰਸ ਲੋਕਾਂ ਦੀ ਨਿਰਭੈ ਹੋ ਕੇ ਬਿਨਾਂ ਬੰਨੇ ਸੇਵਾ ਕਰ ਸਕਦੀ ਹੈ। ਔਰ ਮੈਂ ਵਧਾਈ ਦਿੰਦਾ ਇਸ ਛੋਟੇ ਭਰਾ ਨੂੰ, ਚੀਫ ਮਿਨਿਸਟਰ ਸਾਹਿਬ ਨੂੰ, ਭਾਅ ਜੀ ਨੂੰ, ਸਭ ਨੂੰ ਮੈਰਿਟ ਓਨਰ ਕਰਾਂਗੇ। ਧਰਮ ਦੀ ਜੈਕਾਰ ਹੋਏਗੀ, ਸੱਚ ਜਿੱਤੇਗਾ, ਹੱਕ ਸੱਚ ਦੀ ਲੜਾਈ ਕਾਂਗਰਸ ਦਾ ਹਰ ਵਰਕਰ ਕਰੇਗਾ,
और फिर इंसाफ लोक अदालत जरूर होएगा। लोगों के विच ही परमात्मा वसदा, द क्रिएटर लिव्स इन हिज क्रिएशन, और उदी कुदरत दी सेवा साडा धर्म भी है, साडा फर्ज भी है। और मैं वधाई देना चरणजीत सिंह चन्नी छोटे भरा नूं, चीफ मिनिस्टर साहब नूं, कि ओह सच्ची सेवा कर रहे हैं। धन्यवाद, बहुत बहुत शुक्रिया, बहुत बहुत। पंजाब अते पंजाबियत नाल जुड़िया हर मुद्दा, हर खबर निरपक्ष तरीके नाल तुहाडे तक पहुंचण दी कोशिश विच तुसी वी देवो साडा साथ। तां हुणे लाइक करो साडा फेसबुक पेज, सबसक्राइब करो यूट्यूब ते, अते फॉलो करो इंस्टा अते ट्विटर ते निरपक्ष पोस्ट, खबर दी निरपक्ष आवाज। विजिट करो www.nirpakhpost.com।